ਬਟਾਲਾ ਅੰਮ੍ਰਿਤਸਰ ਰੋਡ ਤੇ ਬਰਤਨ ਬਣਾਉਣ ਵਾਲੀ ਫੈਕਟਰੀ ਵਿੱਚ ਉਸ ਸਮੇਂ ਮਾਤਮ ਦਾ ਮਾਹੌਲ ਛਾ ਗਿਆ ਜਦੋਂ ਮਸ਼ੀਨ ਵਿੱਚ ਆ ਕਰੀਬ 25 ਸਾਲਾ ਪ੍ਰਵਾਸੀ ਮਹਿਲਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਵਿੱਚ ਵਾਲ ਆਉਣ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਇੱਕ ਛੋਟੀ ਬੱਚੀ ਹੈ ਜਿਸ ਦੇ ਸਿਰੋਂ ਹੁਣ ਮਾਂ ਦਾ ਸਾਇਆ ਉੱਠ ਗਿਆ ਹੈ। ਮ੍ਰਿਤਕਾ ਪ੍ਰਵਾਸੀ ਮਹਿਲਾ ਦੇ ਪਿਤਾ ਤੇ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਵਿਆਹੀ ਹੋਈ ਸੀ ਪਰ ਪਤੀ ਛੱਡ ਕੇ ਜਾ ਚੁੱਕਿਆ ਹੈ। ਉਹਨਾਂ ਦੀ ਬੇਟੀ ਬਟਾਲਾ 'ਚ ਬਰਤਨ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦੀ ਸੀ ਜਿੱਥੇ ਪਤਾ ਨਹੀਂ ਕੀ ਹੋਇਆ ਤੇ ਮਸ਼ੀਨ 'ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਬੇਟੀ ਕੰਮ ਤੇ ਆਈ ਵਿਚਾਰੀ, ਕੀ ਹੋਇਆ ਨਹੀਂ ਹੋਇਆ ਤਾਂ ਭਗਵਾਨ ਨੂੰ ਪਤਾ ਹੋਊਗਾ, ਸਾਨੂੰ ਤਾਂ ਕੁਝ ਪਤਾ ਨਹੀਂ। ਹੁਣ ਆਣ ਕੇ ਕੀ ਵੇਖਿਆ ਤੁਸੀਂ? ਦੇਖੇ ਵਿਚਾਰੀ ਖੂਨ ਲਥਪਥ ਮਰੀ ਹੈ, ਕਹਿੰਦੇ ਕਿ ਪੈਰ ਫਿਸਲ ਗਈ ਹੈ। ਕੀ ਪਤਾ ਪੈਰ ਫਿਸਲਾ ਕੀ ਹੋਇਆ, ਮੈਂ ਲਾ ਪੈਰ ਫਿਰ ਬੰਦਾ ਖਿੱਚ ਵੀ ਸਕਦਾ। ਉਹਨੇ ਮਸ਼ੀਨ 'ਚ ਆਈ ਹੈ ਜਾਂ ਨਹੀਂ ਆਈ? ਆਈ ਹੈ ਮਸ਼ੀਨ 'ਤੇ। ਹੁਣ ਸੀ ਗੱਲ ਮੁੱਕੀ, ਪੁਲਿਸ ਨੂੰ ਇਨਫੋਰਮ ਕੀਤਾ ਕਿ ਨਹੀਂ ਕੀਤਾ? ਨਹੀਂ, ਹਾਲੇ ਕਿਸੇ ਨੂੰ ਕੀਤਾ। ਕਿਹਨੇ ਨੂੰ ਕੀਤਾ? ਉਮਰ ਕਿਤੀ ਹੈ, ਕਿੰਨੀ ਹੈ? ਹਾਂਜੀ, ਉਮਰ ਕਿੰਨੀ ਲੜਕੀ ਦੀ? ਲੜਕੀ ਦੀ ਲੜਕੀ ਇਹੀ 21 ਸਾਲ ਹੋਣੀ ਉਮਰ। ਇਨਫੋਰਮ ਕਿਉਂ ਨਹੀਂ ਕੀਤਾ ਪੁਲਿਸ ਨੂੰ? ਫਿਰ ਕਿਉਂ ਨਹੀਂ ਦੱਸਿਆ? ਹਾਂਜੀ, ਪੁਲਿਸ ਨੂੰ ਕਿਉਂ ਨਹੀਂ ਕੀਤਾ? ਨਹੀਂ, ਮੈਂ ਤਾਂ ਉਹਨੇ ਵੀ ਕੁਝ ਦੇਰ ਪਹਿਲਾਂ ਪਤਾ ਲੱਗਾ ਤਾਂ ਮੈਂ ਆਇਆ ਦੇਖਣ ਵਾਸਤੇ ਕੀ ਗੱਲਬਾਤ ਹੋਈ ਆ। ਫਿਰ ਆਪਣੇ ਮਾਲਕ ਨੂੰ ਬੁਲਾਇਆ ਜਿੱਥੋਂ ਮੈਂ ਰਹਿਣਾ ਹੁਣ, ਉਹ ਆਏ ਤਾਂ ਵੀ ਗੱਲਬਾਤ ਕੀ ਚੱਲਣ ਡਿਆ, ਰੱਬ ਜਾਣੇ। ਬਿਲਕੁਲ, ਜਿਹੜੀ ਬੱਚੀ ਸੀ ਤੁਹਾਡੇ ਕੋਲ ਰਹਿੰਦੀ ਸੀ, ਸ਼ਾਦੀ ਸ਼ੁਦਾ ਸੀ? ਸ਼ਾਦੀ ਸ਼ੁਦਾ ਸੀ, ਪਤਾ ਕਰਲਾ ਦੌੜ ਗਿਆ ਸੀ ਛੱਡ ਕਰ। ਮੰਗ ਉਹਦੇ ਇਹ ਕਿ ਬੱਚੇ ਵਾਸਤੇ ਕੁਛ ਸੋਚੋ, ਉਹਦੇ ਬੱਚੇ ਕੁਛ ਕਰੋ ਕਿ ਉਹਦਾ ਬੱਚੇ ਬੜਾ ਹੁਣ ਕੁਛ ਕਰਨਾ ਨਾ ਪੜੇ ਉਹਨੂੰ, ਕਿਉਂ ਅਸੀਂ ਬੁੱਢੇ ਹੋ ਚੁੱਕੇ ਹੋ। ਹੈਂ, ਕਬ ਮਰ ਜਾਣਾ, ਹਰਾ ਜਾਣਾ, ਲੇਕਿਨ ਕੁਛ ਰਹੇਗਾ ਉਸਕੋ, ਤਬ ਤੋ ਕੋਈ ਸ਼ਾਦੀ ਵਿਆਹ ਕਰ ਸਕਤੇ ਹੋ। ਕਾਮ ਕਰ ਰਹੇ ਥੇ? ਆਪ ਵੀ ਇਸ ਫੈਕਟਰੀ ਮੇਂ ਕਰਤੇ ਹੈ? ਨਹੀਂ, ਹਮ ਨਹੀਂ ਕੋਈ ਕਾਮ ਕਰ ਰਹੇ, ਮਰਾ ਲੜਕੀ। ਤੋ ਕਿਆ ਬਾਤ ਹੈ? ਕਾਮ ਕਰਤੇ ਹੋ, ਕਹਤਾ ਚੁੰਨੀ ਵਾਰ ਲਪੇਟ ਲਿਆ ਮਸ਼ੀਨ ਨੇ। ਉਧਰ ਫੈਕਟਰੀ ਮਾਲਕ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਕੰਮ ਕਰਦੇ ਸਮੇਂ ਉਕਤ ਮਹਿਲਾ ਦੇ ਵਾਲ ਮਸ਼ੀਨ 'ਚ ਫਸਣ ਕਾਰਨ ਇਹ ਘਟਨਾ ਵਾਪਰੀ ਹੈ। ਇਸ ਘਟਨਾ ਵਿੱਚ ਮਹਿਲਾ ਦੀ ਮੌਤ ਹੋ ਗਈ। ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਅਮਿਤ ਜੀ, ਕੀ ਕੰਮ ਕਰਦੇ ਹੋ? ਮੇਰੀ ਬਰਤਨ ਦੀ ਫੈਕਟਰੀ ਹੈ। ਕੀ ਘਟਨਾ ਵਾਪਰੀ, ਕਿੰਨੇ ਵਜੇ ਵਾਪਰੀ? ਸ਼ਾਮੀ ਟਾਈਮ ਦਾ ਕੋਈ ਆਈਡੀਆ ਨਹੀਂ ਹੈ, ਥੋੜ੍ਹੀ ਦੇਰ ਹੋਈ ਹੈ ਕਿ ਲੜਕੀ ਕੰਮ ਕਰਦੀ ਪਈ ਸੀ, ਥੋੜ੍ਹੇ ਦਿਨ ਹੀ ਹੋਇਆ ਹਲੇ ਕੰਮ ਕਰਦੇ ਹੋਏ, ਚੱਕਰ ਆਇਆ ਉਹਨੂੰ, ਕੀ ਹੋਇਆ ਆਪਣੇ ਆਪ ਗਿਰ ਗਈ ਆ, ਉਹਦੇ ਵਾਲ ਵੀ ਬੈਲਟ 'ਚ ਵਾਲ ਆ ਗਏ, ਉਹਦੇ ਕਾਰਨ ਪਤਾ ਨਹੀਂ ਕੀ ਹੋਇਆ, ਜੋ ਵੀ ਹੈ, ਜੋ ਵੀ ਰੱਬ ਦਾ ਪਾਣਾ ਸੀ ਉਹ ਹੋ ਗਿਆ। ਬੈਲਟ 'ਚ ਵਾਲ ਆ ਗਏ, ਮਸ਼ੀਨ ਦੀ ਬੈਲਟ 'ਚ ਵਾਲ ਆਏ ਨੇ, ਉਹਦੇ ਕਾਰਨ ਜੋ ਵੀ ਰੱਬ ਦਾ ਪਾਣਾ ਸੀ ਗੋਡ ਨੂੰ ਮਨਜ਼ੂਰੀ ਉਹ ਹੋਇਆ। ਬਾਕੀ ਪੁਲਿਸ ਆ ਰਹੀ, ਜੋ ਵੀ ਕਾਰਵਾਈ ਬਣਦੀ ਹੈ ਦੇਖਦੇ ਹਾਂ। ਉਧਰ ਮੌਕੇ ਉੱਤੇ ਪਹੁੰਚੀ ਪੁਲਿਸ ਟੀਮ ਦੇ ਇੰਚਾਰਜ ਨੇ ਘਟਨਾ ਨੂੰ ਲੈ ਕੇ ਦੱਸਿਆ ਕਿ ਤਫਤੀਸ਼ ਜਾਰੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਨੂੰ ਇੰਟੀਮੇਸ਼ਨ ਮਿਲੀ ਆ ਵੀ ਜੋਤੀ ਨਾਂ ਦੀ ਲੜਕੀ ਹੈ ਜਿਹੜੀ ਅਮਿਤ ਗੁਪਤਾ ਦੀ ਫੈਕਟਰੀ 'ਚ ਭਾਂਡਿਆਂ ਲਈ ਕੰਮ ਕਰਦੀ, ਅਜੇ ਆਏ ਹਾਂ ਤੇ ਲੱਗੇ ਹਾਂ ਵੇਖਣ ਮੌਕਾ ਵੇਖ ਕੇ, ਉਹਦੇ ਮੁਤਾਬਕ ਪਤਾ ਲੱਗਾ ਵੀ ਇਹਦੀ ਮੌਤ ਹੋ ਗਈ ਹੈ, ਤੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ। ਮੌਕੇ ਤੇ ਤੁਸੀਂ ਆਏ ਹੋ, ਕਿਸ ਤਰੀਕੇ ਨਾਲ ਇਹਨਾਂ ਦੀ ਮੌਤ ਹੋਈ ਆ? ਇਹਦੇ ਮਸ਼ੀਨ ਦੇ ਵਿੱਚ ਨਾ ਇਹਦੇ ਵਾਲ ਮਲੇ ਗਏ ਸਿਰ ਦੇ, ਤੇ ਉਹਦੇ ਮੁਤਾਬਕ ਵੇਖ ਕੇ ਲੱਗੇ ਕਰੋ ਅਗਲੀ ਕਾਰਵਾਈ ਕੀ ਕਰਦੇ। ਅਜੇ ਆਏ ਮੌਕਾ ਵੇਖ ਕੇ ਉਹਦੇ ਮੁਤਾਬਕ ਕਰਦੇ।